ਮੈਨੂੰ ਲੱਗਦਾ ਕਿ ਸਰਕਾਰਾਂ ਵੱਲੋਂ ਬੇਵਜ੍ਹਾ ਹੀ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ। ਸਰਕਾਰੀ ਤੰਤਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਪੈਨਿਕ ਕ੍ਰੀਏਟ ਕਰ ਰਿਹਾ। ਇੰਟਰਨੈਟ ਬੰਦ ਕੀਤਾ ਹੋਇਆ ਹੈ, ਜਿਹਦੇ ਨਾਲ ਕਈ ਕਿਸਮ ਦੀਆਂ ਜਿਹੜੀਆਂ ਅਫਵਾਹਾਂ ਜਿਹੜੀਆਂ ਨੇ ਜਾਂ ਚਰਚਾਵਾਂ ਜਿਹੜੀਆਂ ਨੇ ਉਹ ਲੋਕਾਂ ਦੇ ਅੰਦਰ ਘਰ ਕਰ ਰਹੀਆਂ, ਜਾਣਕਾਰੀ ਕਿਸੇ ਨੂੰ ਮਿਲ ਨਹੀਂ ਰਹੀ ਹੈ। ਪੰਜਾਬ ਨੂੰ ਅਨਸਟੇਬਲ ਕਰਨ ਦਾ ਯਤਨ ਹੋ ਰਿਹਾ। ਇਸ ਕਿਸਮ ਦੀ ਉਹ ਘਟੀਆ ਰਾਜਨੀਤੀ 3 ਦਹਾਕੇ ਪਹਿਲਾਂ ਪੰਜਾਬ ਦੇ ਅੰਦਰ ਉਸ ਵਕਤ ਦੀ ਸਟੇਟ ਸਰਕਾਰ ਔਰ ਸੈਂਟਰ ਸਰਕਾਰ ਨੇ ਮਿਲ ਕੇ ਜਿਹੜਾ ਖੇਡੀ ਸੀ, ਜਿਹਦਾ ਨੁਕਸਾਨ ਵੱਡੀ ਪੱਧਰ ਦੇ ਉੱਤੇ ਸਾਨੂੰ ਸਿੱਖਾਂ ਨੂੰ ਵੀ ਭੁਗਤਣਾ ਪਿਆ ਔਰ ਪੰਜਾਬ ਨੂੰ ਵੀ ਭੁਗਤਣਾ ਪਿਆ। ਕਿਤੇ ਨਾ ਕਿਤੇ ਉਸ ਕਿਸਮ ਦੀ ਗੇਮ ਜਿਹੜੀ ਹੈ ਉਹ ਫਿਰ ਖੇਡੀ ਜਾ ਰਹੀ ਹੈ ਆਪਣੀ ਗੰਦੀ ਰਾਜਨੀਤੀ ਨੂੰ ਚਮਕਾਉਣ ਵਾਸਤੇ, ਸਿੱਖਾਂ ਨੂੰ ਪੰਜਾਬ ਨੂੰ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ। ਸਿੱਖ ਨੌਜਵਾਨ, ਸਾਡੀ ਜਾਣਕਾਰੀ ਦੇ ਵਿੱਚ ਆਇਆ ਕਿ 16-16, 17-17 ਸਾਲ ਦੇ ਵੀ ਜਿਹੜੇ ਆ ਉਹ ਨਾਜਾਇਜ਼ ਹਿਰਾਸਤ ਦੇ ਵਿੱਚ ਲਏ ਜਾ ਰਹੇ ਆ। ਪੰਜਾਬ ਨੂੰ ਸਟੇਬਲ ਕਰਨਾ ਬਹੁਤ ਜ਼ਰੂਰੀ ਹੈ, ਬਾਰਡਰ ਸਟੇਟ ਹੈ ਅਤੇ ਜੇ ਪੰਜਾਬ ਨੂੰ ਸਟੇਬਲ ਕਰਨਾ ਤਾਂ ਸਿੱਖਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਹੋਏਗੀ, ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਾ ਹੋਏਗਾ। ਇਸ ਕਿਸਮ ਦੀ ਦਹਿਸ਼ਤ ਕ੍ਰੀਏਟ ਕਰਕੇ ਨਾ ਪੰਜਾਬ ਸ਼ਾਂਤ ਰਹਿ ਸਕਦਾ ਔਰ ਨਾ ਹੀ ਭਾਰਤ ਸ਼ਾਂਤ ਰਹਿ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਖਿੱਤਾ ਜਿਹੜਾ ਹੈ ਇੱਥੇ ਸ਼ਾਂਤੀ ਰਹੇ ਤਾਂ ਇਸ ਕਿਸਮ ਦੀਆਂ ਗੰਦੀਆਂ ਰਾਜਨੀਤੀਆਂ ਜਿਹੜੀਆਂ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਸਟੇਟ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਔਰ ਮਿਲ ਬੈਠ ਕੇ ਮਸਲਿਆਂ ਦਾ ਹੱਲ ਜਿਹੜਾ ਉਹ ਹੋਣਾ ਚਾਹੀਦਾ ਔਰ ਸਿੱਖ ਨੌਜਵਾਨਾਂ ਦੀ ਖਾਸ ਤੌਰ 'ਤੇ ਜਿਹੜੇ ਨਜਾਇਜ਼ ਨੇ ਉਹਨਾਂ ਦੀ ਫੜੋ ਫੜੀ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਮਾਪੇ ਬੜੇ ਚਿੰਤਤ ਨੇ ਔਰ ਇੰਟਰਨੈਟ ਜਿਹੜਾ ਬੰਦ ਹੋਣ ਕਰਕੇ ਜਾਣਕਾਰੀ ਕਿਸੇ ਨੂੰ ਨਹੀਂ ਮਿਲ ਰਹੀ। ਸਰਕਾਰ ਨੂੰ ਆਪਣੀ ਸਥਿਤੀ ਜਿਹੜੀ ਹੈ, ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ ਆਪਣੀ ਸਥਿਤੀ ਜਿਹੜੀ ਹੈ ਇਸ ਵਕਤ ਸਪਸ਼ਟ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਨਹੀਂ ਕਰ ਰਹੀ ਹੈ ਕਿ ਪੰਜਾਬ 'ਚ ਕੀ ਹੋ ਰਿਹਾ, ਤਾਂ ਇਹ ਚੀਜ਼ ਪੰਜਾਬ ਸਰਕਾਰ ਨੂੰ ਜ਼ਰੂਰ ਸੋਚਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।